ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਨਵੇਂ ਦਿਨ ਅਤੇ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਗੱਡੀ ਡਸਟਰ 'ਚ ਬੈਠੇ ਹਾਂ, ਚਲਾਉਂਦੇ ਪਏ ਹਾਂ ਅਤੇ ਕਚਹਿਰੀਆਂ ਚੱਲੇ ਹਾਂ, ਥੋੜ੍ਹਾ ਜਿਹਾ ਕੰਮ ਆ। ਚਲੋ ਤੁਹਾਨੂੰ ਲੱਗ ਚੱਲਦੇ ਹਾਂ, ਆਪਾਂ ਪਹੁੰਚ ਗਏ ਰੋਜ਼ ਗਾਰਡਨ ਲੁਧਿਆਣਾ। ਆ ਗਏ ਜੀ ਰੋਜ਼ ਗਾਰਡਨ, ਟੈਂਪੂ ਵੀ ਖੜ੍ਹਾ ਇੱਥੇ ਇੱਕ। ਇਹ ਆਪਣੇ ਅੰਦਰੋਂ ਛੋਟੀ ਜਿਹੀ ਗੱਡੀ, ਇਹ ਸਾਹਮਣੇ ਆ ਗਏ ਖਾਲਸਾ ਕੋਲਜ ਮੁੰਡਿਆਣਾ ਕੋਲਜ ਰੋਡ 'ਤੇ ਆ ਗਏ ਆਪਾਂ। ਇੱਥੇ ਬੜੇ ਗੇੜੇ ਲੱਗੇ ਸਾਡੇ ਵੀ, ਇੱਕ ਸਾਲ ਇੱਥੇ ਫਿਰਦੇ ਰਹੇ। ਆਹ ਗੇਟ ਸਾਹਮਣੇ ਆਪਣਾ, ਇੱਥੇ ਕੰਮ ਸੀਗਾ, ਇੱਥੇ ਫੋਟੋ ਹੋਣੀ ਸੀਗੀ, ਫੋਟੋ ਕਰਾਤੀ ਤਹਿਸੀਲ 'ਚ। ਇੱਥੇ ਰਸ਼ ਬਹੁਤ ਹੁੰਦਾ, ਫੁੱਲ ਹੁੰਦਾ ਕੰਮ, ਇੱਥੇ ਖੜ੍ਹੇ ਬੈਠੇ ਸਭ। ਇਹ ਰੌਣਕ ਦੇਖੋ ਕਚਹਿਰੀਆਂ ਦੀ, ਪੂਰੀ ਰੌਣਕ ਆ, ਪੂਰੀ ਰੌਣਕ ਸ਼ੌਂਕ ਆ। ਕਰੋ ਬੱਤੀਆਂ ਲਓ ਵੀ ਮਿੱਤਰ ਪਿਆਰੇ, ਆਪਣਾ ਕਚਹਿਰੀਆਂ 'ਚ ਹੋ ਗਿਆ ਕੰਮ, ਆਪਾਂ ਫ੍ਰੀ ਹਾਂ, ਹੁਣ ਚੱਲਦੇ ਹਾਂ। ਚਲੋ ਹੁਣ ਲੈ ਕੇ ਉਹ ਸਾਹਮਣੇ ਪੋਸਟਰ ਦੇਖੋ ਕਿੱਡੇ ਕਿੱਡੇ ਲਾਇਆ ਮਹਾਤਮਾ ਨੇ, ਕਚਹਿਰੀਆਂ ਨਿਕਲ ਸਾਰੀ। ਲਓ ਵੀ ਮਿੱਤਰੋ ਬ੍ਰੇਕਫਾਸਟ ਕਰਾਂਗੇ ਆਪਾਂ, ਕੁੜੀਆਂ ਛੋਲੇ ਲੱਸੀ ਲੈ ਲਈ। ਹਾਂਜੀ ਮਿੱਤਰ ਪਿਆਰੇ, ਉਹ ਪੁੜੀਆਂ ਛੋਲੇ ਖਾ ਲਈ, ਮਿੱਠੀ ਲੱਸੀ ਆਪਣੇ ਕੋਲ ਹੈਗੀ ਆ, ਅੱਧੀ ਪਿਲੀ ਅੱਧੀ ਹੈਗੀ ਆ। ਨਜ਼ਾਰਾ ਆ ਗਿਆ ਬ੍ਰੇਕਫਾਸਟ ਕਰਕੇ। ਇਹਨਾਂ ਦੇ ਪੁੜੀਆਂ ਛੋਲੇ ਬੜੇ ਮਸ਼ਹੂਰ ਨੇ ਇੱਥੇ ਆਪਣੇ ਹਕੀਕਤ ਵਾਲੇ ਆ ਇਹ। ਲਓ ਵੀ ਮਿੱਤਰੋ ਆਪਾਂ ਘਰ ਆ ਗਏ ਅਤੇ ਆਪਾਂ ਹਲਦੀ ਪਟਾਉਣੀ ਆ, ਹਲਦੀ ਪਟਾਉਣੀ ਹੋਈ ਪੀਜ਼ਾ ਡੈਡੀ ਨੂੰ ਕਹਿੰਦੇ ਹਾਂ ਭਈਏ, ਉਹ ਹਲਦੀ ਪਲਟਣ। ਸਾਡੀ ਕਾਟੋ ਚੈੱਕ ਕਰੋ, ਸਾਡੀ ਕਾਟੋ ਟੱਪਣ ਲੱਗੀ ਜੰਪਿੰਗ ਮਗਰ ਮੱਛ ਵਾਲੀ ਜੈਕਟ ਪਾਈ ਹੋਈ ਹੈ ਬਹੁਤ। ਅੱਜ ਆਪਾਂ ਅੱਗ ਸੇਕਾਂਗੇ ਇੱਥੇ, ਧੂਣੀ ਲਾਵਾਂਗੇ, ਧੂਣੀ ਠੰਡ ਆ ਗਈ। ਇਹ ਕਾਹਦੇ ਵਾਸਤੇ ਆ? ਅੱਗ ਵਾਸਤੇ। ਅੱਗ ਵਾਸਤੇ ਕੀ ਕਰਦੇ ਨੇ ਅੱਗ ਸੇਕਦੇ? ਇਹ ਅੱਗ ਸੇਕਣ ਵਾਸਤੇ ਆ, ਅੱਜ ਆਪਾਂ ਧੂਣੀ ਲਾਵਾਂਗੇ ਹੁਣ ਇਹਨੂੰ, ਚੱਲੂ 15 ਦਿਨ ਇਹ 'ਚ ਧੂਣੀ ਡੇਲੀ। ਹਾਂਜੀ ਮਿੱਤਰ ਪਿਆਰਿਓ, ਅੱਜ ਫਿਰ ਸੈਕਿੰਡ ਟਾਈਮ ਸ਼ਹਿਰ ਚੱਲੇ ਅਤੇ ਆਪਾਂ ਹੁਣ ਡਾਕਟਰ ਗੱਡੀ ਲੈ ਕੇ ਚੱਲੇ ਅਤੇ ਗੱਲ ਹੈਗੀ ਐਂ ਮਿੱਤਰੋ, ਆਪਣੀ ਛੋਟੀ ਓਡੀ ਵੀ ਆ ਜਾਣੀ ਅੱਜ, ਕੰਮ ਹੋ ਗਿਆ ਠੰਡ ਕਰਕੇ, ਮਿਸਤਰੀ ਕਹਿੰਦੇ ਕੰਮ ਹੀ ਕਰਨ ਨੂੰ ਜੀ ਨਹੀਂ ਕਰਦਾ, ਠੰਡ ਆ ਵੀ ਠੰਡ ਹੈਗੀ ਆ। ਚਲੋ ਚੱਲਦੇ ਹਾਂ। ਉਹ ਕੋਠੀ ਦੇਖੋ ਮਿੱਤਰੋ ਕਿੰਨੀ ਸੋਹਣੀ ਪਾਈ ਆ ਬੰਦੇ ਨੇ, ਜਗ੍ਹਾ ਥੋੜ੍ਹੀ ਜਿਹੀ ਆ, ਥੋੜ੍ਹੀ ਜਗ੍ਹਾ 'ਚ ਮਹਿਲ ਕਿਹੜਾ ਕਰਤਾ ਬੰਦੇ ਨੇ। ਹਾਂਜੀ ਮਿੱਤਰੋ ਇਹ ਜਗ੍ਹਾ ਮਸਾਈ 400-500 ਗਜ ਵੀ ਹੈ ਨਹੀਂ, 300-400 ਗਜ ਹੋਊਗੀ ਜਗ੍ਹਾ। ਉਹਦੇ 'ਚ ਬੰਦੇ ਨੇ ਆਪਦਾ ਡਰੀਮ ਹਾਊਸ ਬਣਾ ਲਿਆ, ਇੱਕ ਵਾਰੀ ਜ਼ਿੰਦਗੀ ਘਰ ਪੈਂਦਾ ਵਧੀਆ। ਬੰਦੇ ਨੇ ਡਰੀਮ ਹਾਊਸ ਦੇਖ ਲਓ ਵੀ ਕਿੰਨੀ ਵਧੀਆ ਲੋਕੇਸ਼ਨ 'ਚ ਬਣਾ ਲਿਆ। ਇਹ ਹੈ ਹੰਪੜਾ ਰੋਡ, ਆਹ ਸਕੂਲ ਤਾਂ ਮੈਨੂੰ ਲੱਗਿਆ ਯਾਰ 10ਵੀਂ ਤੋਂ ਬਾਅਦ ਲੱਗਿਆ ਹੋਇਆ ਸਕੂਲ, ਗੁਰੂ ਨਾਨਕ ਸਕੂਲ ਆ ਗਈ। ਲਓ ਵੀ ਮਿੱਤਰੋ ਕਿਸ ਮਾਰਕੀਟ ਆ ਗਈ, ਰਾਈਟ ਸਾਈਡ ਕਿਸ ਮਾਰਕੀਟ ਚੈੱਕ ਕਰੋ, ਚੈੱਕ ਕਰੋ ਮਿੱਤਰ ਪਿਆ ਸਿਟੀ ਮਾਲ, ਇਹ ਖੁੱਲ੍ਹਾ ਖੁੱਲ੍ਹਾ ਜਿਹਾ ਬੜਾ ਲੱਗਦਾ, ਅੱਗੇ ਤੋਂ ਵੱਧ ਖੁੱਲ੍ਹਾ ਜਿਹਾ ਲੱਗਦਾ ਭਾਈ, ਮੂਹਰੋਂ ਬੂਟੇ ਪੱਟਦੇ ਤਾਂ ਲੱਗਦਾ ਵਾ।
ਫਰਕ ਚੰਗਾ ਗਿਆ ਇੱਥੇ ਸਾਰੇ ਨੇ ਵੀ ਇੱਥੇ ਆਹ ਹੈੱਡ ਮਾਸਟਰ ਵਾਲੇ ਆ ਗਏ ਆਹ ਦੇਖ ਕੀ ਕਹਿੰਦੇ ਮਿੱਤਰੋ ਕਾਫੀ ਕੋਫੀ ਪੀਂਦੇ ਆਪਾਂ ਮਾਸਟਰ ਮਾਇੰਡ ਵਾਲਿਆਂ ਦੇ ਸੋਰੀ ਮਾਸਟਰ ਹੈੱਡ ਮਾਸਟਰ ਵਾਲਿਆਂ ਦੇ ਹੈੱਡ ਮਾਸਟਰ ਕਾਫੀ ਦੇ ਨਾਲ ਕੁੱਕੀ ਲਓ ਵੀ ਮਿੱਤਰ ਪਿਆਰੇ ਉਹ ਉਹ 4-5 ਘੰਟੇ ਲੱਗਣੇ ਆ ਆਪਾਂ ਵਿਹਲੇ ਫਿਰ ਆਪਾਂ ਗੇੜਾ ਵੜਾ ਕੱਢਦੇ ਹਾਂ ਕਾਫੀ ਪੀ ਲਈ ਆਪਾਂ ਯਾਰ ਟਾਈਮ ਸ਼ੈਮ ਹੋ ਗਏ ਡਾਕੂ ਬਿੱਲ ਹਾਂਜੀ ਬਰੋ ਕਿੱਦਾਂ ਗੁਰਜੀਤ ਬਰੋ ਅੱਜ ਲੰਚ ਬਰੋ ਨਾਲ ਡਾਕੂ ਬਿੱਲ ਲੁਧਿਆਣੇ ਨਵਾਂ ਹੀ ਆਇਆ ਸੀ ਮਹੀਨਾ ਕੀ ਹੋਇਆ ਇਹਨੂੰ ਆਏ ਨੂੰ ਮੈਂ ਅੱਜ ਇੱਥੇ ਟਰਾਈ ਕਰਦੇ ਹਾਂ ਬਾਕੀ ਜਗ੍ਹਾ 'ਤੇ ਬਹੁਤ ਗਏ ਹਾਂ ਆਹ ਚੈੱਕ ਕਰੋ ਵੀ ਕੀ ਆ ਦੀ ਕਿੰਨੀ ਸੋਹਣੀ ਲਾਈਟਾਂ ਕਿੰਨੀ ਸੋਹਣੀਆਂ ਨੇ ਗ੍ਰੀਨ ਨੰਬਰ ਪਲੇਟ ਆ ਪਿੱਛੋਂ ਇੰਨੀ ਸੋਹਣੀ ਲੱਗਦੀ ਆ ਪਿੱਛੋਂ ਇੰਨੀ ਸੋਹਣੀ ਆ ਮੂਹਰੋਂ ਦੇਖੋ ਕਿੰਨੀ ਸੋਹਣੀ ਹੋਊਗੀ ਜਦੋਂ ਦੇਖਦੇ ਹਾਂ ਨਾਲ ਲਾ ਕੇ ਹਾਂਜੀ ਮਿੱਤਰ ਪਿਆਰੇ ਤੁਹਾਨੂੰ ਅੱਜ ਅੰਡਰਗਰਾਊਂਡ ਦਿਖਾਉਂਦੇ ਹਾਂ ਵੀ ਆਪਣੇ ਪੱਖੋਆ ਰੋਡ ਵਾਲਾ ਅੰਡਰਗਰਾਊਂਡ ਬੜਾ ਘੈਂਟ ਬਣਿਆ ਚਲੋ ਤੁਹਾਨੂੰ ਲੈ ਕੇ ਚੱਲੀਏ ਲਓ ਜੀ ਮਿੱਤਰੋ ਚੈੱਕ ਕਰੋ ਆਪਣੀ ਛੋਟੀ ਆਡੀ ਆ ਗਈ ਵਾਸ਼ ਵੁਸ਼ ਹੋ ਕੇ ਕੰਮ ਹੋ ਕੇ ਚੈੱਕ ਕਰੋ ਚੈੱਕ ਕਰੋ ਮਿੱਤਰੋ ਛੋਟੀ ਆਡੀ ਆ ਗਈ ਲਓ ਜੀ ਮਿੱਤਰ ਪਿਆਰੇ ਆਪਣੀ ਛੋਟੀ ਆਡੀ ਆ ਗਈ ਅੱਜ ਉਹ ਚਲਾਉਂਦੇ ਪਏ ਹਾਂ ਟੈਂਪਰੀ ਨੂੰ ਲੈਣ ਜਾਣਾ ਉੱਥੇ ਪਾਰਲਰ ਗਈ ਹੋਈ ਆ ਉਹਦੇ ਬਾਲ ਰਿਮੋਡਿੰਗ ਕਰਾਉਣ ਵਾਸਤੇ ਹੁਣ ਪਿੱਕ ਕਰਨ ਚੱਲਿਆ ਵਾਂ ਟਾਈਮ ਹੋ ਗਏ 7:30 ਹੋ ਗਏ ਅਤੇ ਉਹਕੜੇ ਹੈੱਡ ਮਾਸਟਰ ਵਾਲੇ ਆ ਔਰ ਬੰਦੇ ਹੀ ਬਹੁਤ ਨੇ ਉਹਨਾਂ ਕਹਿੰਦੇ ਕਦੋਂ ਮਰਜ਼ੀ ਆ ਜਾਓ ਕਰਦਾ ਸੀ ਤਾਂ ਵੈਸੇ ਪਤਾ ਕਰਨ ਗਏ ਸੀ ਉਹ ਕਹਿੰਦੇ ਕਰ ਦਿੰਦੇ ਹੁਣੀ ਗਏ ਤਾਂ ਅਸੀਂ ਲੇਟ ਸੀ ਉੱਥੇ 3 ਵਜੇ ਪਹੁੰਚੇ ਸੀਗੇ ਪੰਜ ਚਾਰ ਘੰਟੇ ਦਾ ਪ੍ਰੋਜੈਕਟ ਆ ਉਹ ਟਾਈਮ ਲੱਗ ਹੀ ਜਾਂਦਾ ਚਲੋ ਚੱਲੀਏ ਚੈੱਕ ਕਰੋ ਇਹਦੀ ਅੰਦਰੋਂ ਲੁੱਕ ਲਾਈਟ ਤੋਂ ਬਿਨਾਂ ਜਿਹੜੀ ਇਹ ਗੱਡੀ ਆ ਨਾ ਮੇਰੀ ਪਹਿਲੀ ਗੱਡੀ ਸੀ ਲਗਜ਼ਰੀ ਦੀ ਗੱਡੀਆਂ 'ਚੋਂ ਮਹਿੰਗੀ ਆ ਸਾਰਿਆਂ ਨੂੰ ਮਹਿੰਗੀ ਗੱਡੀ ਪਹਿਲਾਂ ਮੈਂ ਇਹ ਬਾਈ ਕੀਤੀ ਸੀ ਬ੍ਰੈਂਡ ਨਿਊ ਇਹ ਗੱਡੀ A4 ਆ ਬ੍ਰੈਂਡ ਨਿਊ ਬਾਈ ਕੀਤੀ ਸੀਗੀ ਯਾਰ ਇਹ ਗੱਡੀ ਜੀ ਨਾ ਕਿਵੇਂ ਮਰਜ਼ੀ ਵੱਡੀ ਤੋਂ ਵੱਡੀ ਗੱਡੀ ਚਲਾ ਲਓ ਛੋਟੀ ਤੋਂ ਛੋਟੀ ਚਲਾ ਲਓ ਜਿਹੜੀ ਇਹ ਗੱਡੀ 'ਚ ਆ ਨਾ ਸਕੂਨ ਮਿਲਦਾ ਆ ਕੇ ਮੈਨੂੰ ਮੋਟੈਰ ਚਲੋ ਜੋ ਵੀ ਹੈਗੀ ਸਾਰੀਆਂ ਵਧੀਆ ਨੇ ਆਪਦੀ ਜਗ੍ਹਾ 'ਤੇ ਪਰ ਮੈਨੂੰ ਇਹ 'ਚ ਸਕੂਨ ਬਹੁਤ ਮਿਲਦਾ ਪਤਾ ਨਹੀਂ ਕੀ ਗੱਲ ਇਹ ਗੱਡੀ ਨਾ ਮੇਰੇ ਵਧੀਆ ਫਿੱਟ ਬੈਠੀ ਆ ਵਧੀਆ ਚੱਲਦੀ ਆ 1,40,000 ਚੱਲ ਗਈ ਕੋਈ ਪ੍ਰੋਬਲਮ ਨਹੀਂ ਹੈਗੀ ਇਹਨੂੰ ਚਲੋ ਮੈਂਟੇਨੈਂਸ ਦਾ ਚਾਹੇ ਨਵੀਂ ਲਿਆਓ ਚਾਹੇ ਜੋ ਵੀ ਲਿਆਓ ਤਾਂ ਹਰੇਕ ਗੱਡੀ ਨੇ ਮੰਗਣੀ ਆ ਸਾਲ ਕੁ ਬਾਅਦ 5-10,000 ਰੁਪਏ ਲਵਾਉਂਦੀਆਂ ਨੇ 10-15,000 ਰੁਪਏ ਥੋੜ੍ਹੀ ਵੱਧ ਲਵਾ ਦਿੰਦੀਆਂ ਨੇ ਚਲੋ ਵੱਡੀਆਂ ਗੱਡੀਆਂ ਨੇ ਹੁਣ ਇਹਦਾ ਟਾਈਮਿੰਗ ਬੈਲਟ ਵਗੈਰਾ ਪਾਈ ਆ ਇਹਦੀ ਹੁਣ ਮੈਂ
ਚਲੋ ਥੋੜ੍ਹਾ ਖਰਚਾ ਵੱਧ ਆ ਗਿਆ, ਉਹ ਤਾਂ ਕਿਹੜੀ ਮਰਜ਼ੀ ਗੱਡੀ ਹੋਵੇ ਉਹ ਤਾਂ ਬਦਲਣੀ ਪੈਂਦੀ ਆ। ਇਹਦੀ ਹੁਣ ਆਪਣੇ 80,000 ਅਤੇ 70,000-80,000 ਤਾਂ ਬਦਲਾਈ ਸੀਗੀ, ਹੁਣ 1,40,000 ਚੱਲ ਗਈ, 40-60,000 ਚੱਲ ਗਈ। 60,000 ਬਦਲ ਤਾਂ ਬਦਲਾਉਣੀ ਪੈਂਦੀ, ਕੰਪਨੀ ਵਾਲੇ ਤਾਂ 40,000 ਤਾਂ ਬਦਲਾਉਂਦੇ ਆ ਟਾਈਮਿੰਗ ਬੈਲਟ। ਆਪਾਂ ਤਾਂ ਵੀ ਬਹੁਤ ਚਲਾਤੀ, ਪਹਿਲੀ ਟਾਈਮਿੰਗ ਬੈਲਟ ਆਪਾਂ 80,000 ਤਾਂ ਬਦਲਾਈ ਸੀ, ਦੁੱਗਣੀ ਚਲਾ ਕੇ ਚਾਂਸੀ ਵਾਲੇ 40,000 ਤਾਂ ਬਦਲਦੇ ਸੀਗੇ, ਆਪਾਂ 80,000 ਤਾਂ ਬਦਲਾਈ ਆ। ਅਤੇ ਹੁਣ ਬਦਲਾਈ ਆਪਾਂ 60,000 ਤਾਂ, ਪੈਚਰੀ ਜਿਹੜੀ ਆਪਾਂ ਬਾਹਰੋਂ ਬਦਲਾਉਂਦੇ ਹਾਂ ਉਹ ਪਹਿਲਾਂ 15-20,000 ਪਹਿਲਾਂ ਹੀ ਬਦਲਾ ਦੇਵੇ, ਬਾਹਲੀ ਲੰਬੀਆਂ ਚਲਾਵੇ। ਚਲੋ ਚੱਲੀਏ, ਚਲੋ ਤੁਹਾਨੂੰ ਅੱਜ ਨਾਈਟ ਵਿਊ ਦਿਖਾਉਂਦੇ ਹਾਂ ਲੁਧਿਆਣੇ ਸ਼ਹਿਰ ਦਾ, ਥੋੜ੍ਹਾ ਜਿਹਾ ਹੀ ਦਿਖਾ ਆਊਗਾ, ਬਹੁਤ ਵੱਡਾ ਸ਼ਹਿਰ, ਕਿੰਨਾ ਕੁ ਦਿਖਾ ਆਪਣਾ, ਕਿੱਥੇ ਕਿੱਥੇ ਮੈਂ ਨਿੰਘਣਾ ਵਾ, ਉੱਥੋਂ ਤੁਹਾਨੂੰ ਆਪਣਾ ਨਾਈਟ ਵਿਊ ਦਿਖਾਵਾਂਗੇ। ਆਹ ਗੱਡੀ ਤਾਂ ਗਈ ਮਿੱਤਰੋ, ਬਲਿਨ ਚੈੱਕ ਕਰੋ ਮਿੱਤਰੋ, ਕਿਸ ਮਾਰਕੀਟ, ਕਿਸ ਮਾਰਕੀਟ ਆ ਗਿਆ ਆਪਾਂ। ਚੈੱਕ ਕਰੋ ਵੀ ਨਾਈਟ ਵਿਊ, ਫਿਰ ਆ ਗਏ ਦੋ ਬਾਹਰ ਤਿੰਨ ਚਾਰ ਦੇਖੋ। ਚਲੋ ਆਪਾਂ ਕਾਫੀ ਪੀਂਦੇ ਹਾਂ, ਚੈੱਕ ਕਰੋ ਆਪਣਾ ਖੜਾ ਟੋਟਾ ਪੱਤੀ, ਚੈੱਕ ਕਰੋ ਕੀਤਾ, ਚੈੱਕ ਕਰੋ ਰਿਵਿਊ ਮਾਰਕੀਟ ਦਾ। ਲਓ ਮਿੱਤਰੋ ਕਿੰਨੇ ਪਤੰਗ ਲੈਣੇ ਆ, ਇੱਥੇ ਆਓ ਵੀ ਪਤੰਗ ਹੀ ਪਤੰਗ ਪੈ ਰਹੇ ਆ, ਡੋਰਾ ਹੀ ਡੋਰਾ ਬਾਈ ਜੀ। ਆਪਾਂ ਇੱਕ ਆਹ ਡੋਰ ਲੈ ਲਈ, ਆ ਪਤੰਗ ਲੈ ਲਏ 15-20 ਬੱਚਿਆਂ ਵਾਸਤੇ, ਚੈੱਕ ਕਰੋ ਪਤੰਗ ਹੀ ਪਤੰਗ ਇਹਨੇ ਲੈਣੇ ਆ ਵੀ। ਆਓ ਇੱਥੇ, ਕੀ ਦੁਕਾਨ ਦਾ ਨਾਮ ਕੀ ਬਾਈ ਜੀ? ਦ ਫੈਂਸੀ ਕਾਈਟ ਸ਼ਾਪ, ਕਿਹੜਾ ਇਹ ਕਿੱਥੇ? ਬੀਆਰਐਸ ਨਗਰ, ਬੀਆਰਐਸ ਨਗਰ ਬਾਈ, ਪਤੰਗ ਹੀ ਪਤੰਗ ਆਹੀ ਦੁਕਾਨ 'ਤੇ ਮਿਲਦੇ ਕਹਿੰਦੇ ਅਸੀਂ। ਮਿੱਤਰੋ ਬੱਚਿਆਂ ਵਾਸਤੇ ਮੋਡਲ ਨੂੰ ਫੜਨਾ ਸੀ ਸਟਾਰ ਬੁਕਸ, ਇੰਦਰ ਟੁੱਟੇ ਬੜੇ ਲੈਣਾ। ਹਾਂਜੀ ਮਿੱਤਰ ਪਿਆਰੇ, ਬੱਚਿਆਂ ਵਾਸਤੇ ਮੋਡਲ ਨੂੰ ਲੈਣਾ ਸੀਗਾ, ਅੱਜ ਹਵਾ ਚੱਲਦੀ, ਅੱਜ ਪੂਰੀ ਧੁੰਦ ਪਊਗੀ ਰਾਤ ਨੂੰ ਨਾ, ਇੱਥੋਂ ਲੈਣਾ। ਚੈੱਕ ਕਰੋ ਮਾਰਕੀਟ। ਲਓ ਵੀ ਮਿੱਤਰ ਪਿਆਰੇ, ਉਹ ਬੱਚਿਆਂ ਲਈ ਔਡਰ ਹੋ ਗਿਆ, ਹੁਣ ਥੋੜ੍ਹੀ ਜਿਹੀ ਆਪਾਂ ਬਣਾ ਲਈਏ ਰੀਲਾਂ ਰੂਲਾਂ ਹੀ ਆ, ਹੁਣ ਆਏ ਤਾਂ ਹੋਏ ਹਾਂ ਵਧੀਆ ਜਗ੍ਹਾ 'ਤੇ।
ਆ ਚੈੱਕ ਕਰੋ ਵੀ ਪਾਣੀ ਚੱਲਦਾ, ਉਹ ਸਾਹਮਣੇ ਚੁੱਟਦਾ ਚੱਲਦਾ, ਐਂ ਪਾਣੀ ਘੁੰਮਦਾ ਕਰੋ। ਚਲੋ ਤੁਹਾਨੂੰ ਬਾਕੀ ਸਨ ਵਿਊ ਵਾਲੀ ਮਾਰਕੀਟ ਦਿਖਾਉਂਦੇ ਆ। ਚਲੋ ਤੁਹਾਨੂੰ ਅੱਜ ਡੋਰ ਦਿਖਾਉਂਦੇ ਆਪਣਾ ਮੇਨ ਡੋਰ, ਮੇਨ ਸੜਕ, ਕਈ ਤੁਹਾਨੂੰ ਵੀ ਦਿਖਾਈ ਨਹੀਂ ਹੈਗੀ।